ਚੁੱਪ ਕਰਕੇ ਕਹਿੰਦਾ ਬਹਿ ਜਾ ਉੱਥੇ ਆਰਾਮ ਨਾਲ, ਮੈਨੂੰ ਠਾਣੇ ਦੇ ਵਿੱਚ ਬੰਦ ਕਰਕੇ ਰੱਖਿਆ। ਬਸ ਮੈਂ ਜਾ ਰਿਹਾ ਸੀਗਾ, ਤੁਰਦੇ ਤੁਰਦੇ ਜਾਂਦੇ ਜਾਂਦੇ ਮੈਨੂੰ ਹੱਥ ਦੇ ਲਿਆ, ਕਹਿੰਦਾ ਚੱਲ ਅੰਦਰ ਚੱਲੀਏ। ਸੋ ਅੱਜ ਅਸੀਂ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੇ ਹਾਂ, ਜਿੱਥੇ ਕਿ ਇੱਕ ਆਟੋ ਚਾਲਕ ਦੇ ਨਾਲ ਜਿੱਥੇ ਕਿ ਥਾਣਾ ਆਰਪੀ ਵਾਲਿਆਂ ਦੇ ਇੱਕ ਮੁਲਾਜ਼ਮ ਨੇ ਧੱਕਾਸ਼ਾਹੀ ਕੀਤਾ, ਔਰ ਧੱਕੇਸ਼ਾਹੀ ਦੇ ਨਾਲ ਉਸ ਜਿਹੜਾ ਆਟੋ ਚਾਲਕ ਸੀਗਾ ਉਹਦੀ ਅਟੈਕ ਹੋਣ ਦੀ ਵਜ੍ਹਾ ਕਰਕੇ ਉਹਦੀ ਮੌਕੇ 'ਤੇ ਮੌਤ ਹੋ ਗਈ ਹੈ। ਸੋ ਆਪਾਂ ਜਿਹੜੇ ਕਿ ਇੱਥੇ ਦੇ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ, ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਗੇ ਦਾ ਜਿਹੜਾ ਵਾਕਿਆ ਉਹ ਤੁਹਾਨੂੰ ਸਾਰਾ ਆਪਾਂ ਆਵਾਜ਼ ਪੰਜਾਬ ਦੀ ਅਤੇ ਅੰਬੇਦਕਰ ਮਿਸ਼ਨ ਦੇ ਜ਼ਰੀਏ ਆਪ ਸਭ ਦੇ ਤੱਕ ਪਹੁੰਚਾਇਆ ਜਾਏਗਾ। ਹਾਂਜੀ ਹਾਂਜੀ ਸਰ, ਕੱਲ੍ਹ ਨਾ ਸਾਡੇ ਇੱਦਾਂ ਦੋ ਬੰਦੇ ਆਟੋ 'ਚ ਬੈਠੇ ਸੀਗੇ ਜੀ, ਉਹਨਾਂ ਨੂੰ ਇਹ ਫੜ ਕੇ ਲੈ ਗਏ ਧੱਕੇ ਨਾਲ, ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਉੱਥੇ 200 ਜੁਰਮਾਨਾ ਹੋਣਾ, ਤੁਹਾਨੂੰ ਛੱਡ ਦਿਆਂਗੇ। ਕੱਲ੍ਹ ਲੈ ਗਏ ਅਸੀਂ ਮੇਨ ਬੰਦੇ ਜਿਹੜੇ, ਅਸੀਂ ਅੱਗੇ ਗਏ ਉਹਨਾਂ ਕੋਲ ਜਾ ਕੇ ਮਿੰਤਰਲਾ ਕੀਤਾ, ਉਹਨਾਂ ਨੂੰ ਹੱਥ ਵੀ ਜੋੜੇ। ਲੈ ਕੇ ਕੌਣ ਗਏ ਜੀ? ਲੈ ਕੇ ਜੀ ਆਰਪੀਐਫ ਵਾਲੇ ਲੈ ਗਏ ਸੀ, ਇੱਥੇ 5-6 ਬੰਦੇ ਘੁੰਮਦੇ ਪਏ ਨੇ ਜੀ ਇਹਨਾਂ ਦੇ, ਲਿਜਾ ਕੇ ਅੰਦਰ ਉੱਥੇ ਜੀ 200-200 ਰੁਪਇਆ ਜੁਰਮਾਨਾ ਲੈ ਕੇ ਇਹਨਾਂ ਨੇ ਛੱਡ ਦਿੱਤਾ। ਠੀਕ, ਅੱਜ ਇਹਨਾਂ ਨੂੰ ਕੱਲ੍ਹ ਅਸੀਂ ਰਿਕੁਐਸਟ ਕਰਕੇ ਆਏ, ਸਰ ਇਹ ਕੰਮ ਨਾ ਕਰੋ, ਸਾਡੇ ਨਾਲ ਧੱਕਾ ਨਾ ਕਰੋ। ਜੇ ਅਸੀਂ ਗਲਤ ਕੰਮ ਕਰਦੇ ਹਾਂ, ਸਾਡੇ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਅੱਜ ਇਹਨਾਂ ਨੇ ਫਿਰ ਸ਼ਾਮ ਨੂੰ ਆ ਕੇ ਜੀ 2 ਬੰਦੇ ਸਾਡੇ ਫਿਰ ਫੜ ਕੇ ਲੈ ਗਏ ਜੀ। ਉਹ ਮੁੰਡਾ ਮੇਰੇ ਕੋਲ ਭੱਜ ਗਿਆ, ਕਹਿੰਦਾ ਯਾਰ ਮੈਨੂੰ ਵੀ ਲੈ ਕੇ ਚੱਲਿਆ, ਬਾ ਗੱਲ ਕਰੋ। ਮੈਂ ਕਿਹਾ ਸਰ ਤੁਸੀਂ ਇੱਦਾਂ ਧੱਕਾ ਨਾ ਕਰੋ। ਉਹ ਮੋਹਨ ਲਾਲ ਜੀ ASI ਨੇ, ਉਹ ਕਹਿੰਦੇ ਵੀ ਅਸੀਂ ਕੀ ਕਰੀਏ, ਅਸੀਂ ਤਾਂ ਡਿਊਟੀ 'ਤੇ ਹਾਂ, ਤੁਹਾਨੂੰ ਉੱਥੇ 200-200 ਰੁਪਇਆ ਜੁਰਮਾਨਾ ਹੋਣਾ, ਸਵੇਰੇ ਤੁਹਾਨੂੰ ਉੱਥੇ ਜੱਜ ਸਾਹਿਬ ਦੇ ਪੇਸ਼ ਕਰਕੇ ਛੱਡ ਦਿਆਂਗੇ, ਲੈਂਡ ਕਰੋਸ ਦਾ ਪਰਚਾ ਪੈਣਾ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਨਾਲ ਆ ਸੀ, ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਤੁਹਾਡੇ 2-3 ਬੰਦੇ ਲਿਜਾਣੇ ਅਸੀਂ, ਕੋਈ ਗੱਲ ਨਹੀਂ। ਉਹ ਡੈਸ਼ ਤੇ ਜੋ ਬੰਦਾ ਡਿੱਗਿਆ ਜੀ, ਉਹ ਨਾਲ ਹੀ ਅਸੀਂ ਉਹਨੂੰ ਹੋਸਪਿਟਲ ਭੇਜਿਆ ਵਾ, ਉਹਦੀ ਡੈਥ ਹੋ ਗਈ ਜੀ। ਤੇ ਹੁਣ ਤੁਸੀਂ ਅੰਦਰ ਥਾਣੇ 'ਚ ਗਏ ਸੀ? ਥਾਣੇ ਸਰ SHO ਸਾਹਿਬ ਨੂੰ ਗੱਲ ਕੀਤੀ ਆ, ਉਹ ਕਹਿੰਦੇ ਵੀ ਉਹ ਕਹਿੰਦੇ ਵੀ ਜਿਹੜੀ ਹੈਗੀ ਆ ਵੀ ਤੁਸੀਂ ਆਪਣੀ ਯੂਨੀਅਨ ਦਾ ਜੋ ਫੈਸਲਾ ਉਹਨਾਂ ਦੇ ਘਰਦਿਆਂ ਨੂੰ ਪੁੱਛ ਕੇ ਦੱਸੋ, ਜੋ ਕਾਰਵਾਈ ਕਰਨੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਤੁਸੀਂ ਅੱਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ? ਅਸੀਂ ਤਾਂ ਸਰ ਇਨਸਾਫ ਚਾਹੁੰਦੇ ਹਾਂ। ਅੱਜ ਸਾਨੂੰ 30-35 ਸਾਲ ਇੱਥੇ ਹੋ ਗਏ ਸਰ, ਕੋਈ ਕੰਪਨੀ ਕਮਾਂਡਰ ਐਸੇ ਨਹੀਂ ਆਏ ਵੀ ਜਿਹੜੇ ਸਾਡੇ ਨਾਲ ਇੱਦਾਂ ਧੱਕਾ ਕੀਤਾ ਹੋਵੇ। ਕੋਈ ਪਿੱਛੇ ਰਿਕਾਰਡ ਚੈੱਕ ਕਰ ਲਓ, ਆਹ ਪਹਿਲਾ ਚਾਂਸ ਆ ਜੀ। ਜਿਹੜੇ ਹੁਣ ਜਿਹੜੇ ਆਟੋ ਚਾਲਕ ਪੂਰੇ ਹੋਏ, ਇਹਨਾਂ ਦਾ ਸ਼ੁਭ ਨਾਮ ਕਿਸ ਦਾ? ਮੋਹਨ ਲਾਲ ਜੀ ਨੂੰ ਰਿਕੁਐਸਟ ਕੀਤੀ ਹੈ, ਉਹ ਕਹਿੰਦੇ ਤੁਸੀਂ ਮੇਰੀ ਬਦਲੀ ਕਰਾ ਦਿਓ। ਮੋਹਨ ਲਾਲ ਜੀ ਨੇ ਕਿਹਾ SI ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਤੁਹਾਡੇ ਭਰਾ ਦੇ ਨਾਲ ਇਹ ਧੱਕਾ ਹੋਇਆ? ਦੇਖੋ ਜੀ, ਦੁਕਾਨ ਤੇ ਸੀ, ਮਤਲਬ ਇੱਥੇ ਇਹਨਾਂ ਦੀ ਗੱਡੀ ਪੱਕੀ ਲੱਗੀ ਹੋਈ ਹੈ ਜੀ, ਤੇ ਇਹ ਤੇ ਮੈਂ ਤਾਂ ਹੁਣ ਘਰ ਪਹੁੰਚੇ ਸੀ ਹਾਲੇ, ਤੇ ਇੱਕ ਮੁੰਡਾ ਆਇਆ ਕਹਿੰਦਾ ਤੁਹਾਡੇ ਭਰਾ ਦੀ ਡੈਥ ਹੋ ਗਈ ਹੈ, ਕਹਿੰਦਾ ਮੈਨੂੰ ਫੋਨ ਆਇਆ ਸੀ ਹੁਣ, ਤੇ ਮੈਂ ਕਿਹਾ ਚਲੋ ਫਿਰ ਦੇਖ ਲੈਣੇ ਜਾ ਕੇ, ਹਾਲੇ ਘਰ ਨਹੀਂ ਪਤਾ ਲੱਗਿਆ ਉਹਨਾਂ ਨੂੰ। ਅਸੀਂ ਫਿਰ ਸਿੱਧੇ ਹੀ ਘਰੋਂ ਇੱਥੇ ਆ ਗਏ। ਕਿਹੜੀ ਜਗ੍ਹਾ ਤੇ ਰਹਿੰਦੇ ਨੇ ਭਾਈ ਸਾਹਿਬ? ਅਸੀਂ ਧੂਰੀ ਇਹ ਲੈਂਦੇ ਸ਼ਿਮਲਾਪੁਰੀ, ਮੈਂ ਧੂਰੀ ਲੈਂਦੇ ਰਹਿੰਦਾ, ਇੱਥੇ ਬਾਬਾ ਬਾਲਕ ਨਾਥ ਦਾ ਮੰਦਿਰ ਆ, ਆਪਾਂ ਉੱਥੇ ਯਾਦ ਨਗਰ ਮਹੱਲੇ 'ਚ ਰਹੀ। ਨਾਮ ਕੀ ਹੈ? ਇਹਦਾ ਕੁਲਜੀਤ ਸਿੰਘ ਆ। ਕੁਲਜੀਤ ਸਿੰਘ ਜੀ, ਹਾਂਜੀ ਠੀਕ ਹੈ। ਔਰ ਹੁਣ ਤੁਸੀਂ ਅੱਗੇ ਕੀ ਕਾਰਵਾਈ ਕਰਨੀ ਚਾਹੁੰਦੇ ਹੋ? ਕਾਰਵਾਈ ਹੁਣ ਕੀ ਕਰਨੀ ਅਸੀਂ, ਬੰਦਾ ਹੀ ਸਾਡਾ ਗਿਆ ਚਲਾ। ਨਹੀਂ,
ਸੋ ਇਹ ਜਿਹੜੀ ਜਿਹੜੀ ਲੁਧਿਆਣਾ ਰੇਲਵੇ ਸਟੇਸ਼ਨ ਦੀ ਜਿਹੜੀ ਕਿ ਆਟੋ ਯੂਨੀਅਨ ਦੇ ਸਾਰੇ ਵਰਕਰ ਜਿੰਨੇ ਅੱਜ ਇਕੱਠੇ ਹੋਏ ਨੇ, ਇਹਨਾਂ ਦੀ ਇਹ ਮੰਗ ਆ ਕਿ ਇਹਨਾਂ ਨੂੰ ਇਨਸਾਫ਼ ਚਾਹੀਦਾ। ਅਦਰਵਾਈਜ਼ ਜੇ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਜਿੰਨੇ ਵੀ ਇਹ ਆਟੋ ਯੂਨੀਅਨ ਦੇ ਜਿੰਨੇ ਵੀ ਵਰਕਰ ਨੇ, ਇਹ ਸਾਰੇ ਰੇਲਵੇ ਸਟੇਸ਼ਨ ਦੇ ਬਾਹਰ ਧਰਨਾ ਦੇਣਗੇ। ਕਿਉਂ ਸ਼ਾਮੀ ਪੱਪੀ ਪ੍ਰਧਾਨ ਨੇ ਦੱਸਿਆ ਕਿ ਜਿਹੜਾ ਇੱਕ ਮੁੰਡਾ ਜਤਿੰਦਰ ਸਿੰਘ ਥ੍ਰੀ ਵੀਲਰ ਚਲਾਉਂਦਾ ਸੀ, ਉਹ ਕਿਤੇ ਉਹਦੇ ਉੱਥੇ ਮੁਲਾਜ਼ਮ ਵੀ ਆਪਣੇ ਆਰ ਪੀ ਐੱਫ ਵਾਲੇ ਕੋਲ ਖੜ੍ਹੇ ਸੀ, ਉਹਨਾਂ ਦੇ ਦੱਸਣ ਮੁਤਾਬਕ ਕਿ ਲੈਣ ਵਾਸਤੇ ਆਏ ਸੀ ਜਾਂ ਉਹਦੇ ਨਾਲ ਡਰ ਕੇ ਜਿਹੜਾ ਉਹ ਭੱਜਿਆ ਅਤੇ ਨੀਚੇ ਗਿਰ ਗਿਆ। ਗਿਰ ਕਰਨ ਕਾਰਨ ਉਹਨੂੰ ਮੁੜ ਕੇ ਹੋਸਪਿਟਲ ਲੈ ਗਏ, ਉੱਥੇ ਜਾ ਕੇ ਉਹਦੀ ਡੈਥ ਹੋ ਗਈ ਹੈ। ਨਹੀਂ, ਘਰ ਵਾਲੇ ਹਜੇ ਉਹਦੇ ਆਏ ਨਹੀਂ, ਜਦੋਂ ਵੀ ਆਉਣਗੇ ਜੋ ਵੀ ਉਹ ਬਿਆਨ ਦੇਣਗੇ ਜਿਸ ਤਰੀਕੇ ਦੇ ਨਾਲ, ਉਸ ਤਰੀਕੇ ਦੇ ਨਾਲ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਏਗੀ। ਨਹੀਂ, ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਇਹ ਗੱਲ ਆਈ ਕਿ ਧੱਕਾ ਕਰ ਰਹੀ ਆ ਜਾਂ ਆਰ ਪੀ ਐੱਫ ਜਾਂ ਕੋਈ ਵੀ ਫੋਰਸ। ਹਾਂਜੀ, ਮਾਮਲਾ ਤਾਂ ਉਹਦੇ ਡਿੱਗਣ ਕਰਕੇ ਹੀ ਉਹਦੇ ਉਹਨੂੰ ਅਟੈਕ ਆਇਆ, ਅਟੈਕ ਨਾਲ ਉਹਦੀ ਡੈਥ ਹੋ ਗਈ ਆ। ਨਹੀਂ, ਆਰ ਪੀ ਐੱਫ ਦੇ ਜੋ ਵੀ ਮੈਂ ਕਿਹਾ ਤੱਥ ਸਾਹਮਣੇ ਆਉਣਗੇ, ਜੋ ਵੀ ਜਿਹੜਾ ਵੀ ਦੋਸ਼ੀ ਹੋਊਗਾ ਉਹ 'ਤੇ ਪਰਚਾ ਦਿੱਤਾ ਜਾਊਗਾ। ਇੱਕ ਇਹਨਾਂ ਦਾ ਆਰੋਪ ਹੈ ਜੀ ਕਿ ਜਿਹੜੇ ਆਟੋ ਵਾਲੇ ਉਹ ਬਾਹਰ ਬੈਠੇ ਹੁੰਦੇ ਨੇ, ਉਹ ਕਹਿ ਰਹੇ ਕਿ ਅੰਦਰ ਜਦੋਂ ਅਸੀਂ ਜਾਂਦੇ ਸਾਡੇ ਤਾਂ ਲਾਈਨ ਕਰੋਸਿੰਗ ਦਾ ਪਰਚਾ ਪਾ ਦਿੰਦੇ, ਇਹ ਕੀ ਮਤਲਬ ਆਪਾਂ ਲੀਗਲ ਮੰਨਦੇ ਜੀ ਇਸ ਚੀਜ਼ ਨੂੰ? ਨਹੀਂ, ਇਹ ਕੋਈ ਜਿਹੜਾ ਲਾਈਨ ਕ੍ਰਾਸ ਕਰਦਾ ਉਹ ਤਾਂ ਲੀਗਲ ਹੀ ਆ, ਉੱਥੇ ਤਾਂ ਪਰਚਾ ਬਣਦਾ ਹੀ ਆ, ਪਰ ਜੇ ਹੁਣ ਕਹੀਏ ਵੀ ਥ੍ਰੀ ਵੀਲਰ ਵਾਲਾ ਉੱਥੋਂ ਲਾਈਨ ਕ੍ਰਾਸ ਥੋੜ੍ਹਾ ਕਰ ਰਿਹਾ, ਉਹ ਤਾਂ ਅਨਲੀਗਲ ਹੀ ਆ।